यूनिवर्सिटी का जिहड़ा मुख्य मनोरथ आ कोई इहो जिही यूनिवर्सिटी स्थापित की जाए जिहड़ी सरकारी होवे पंजाब दी होवे ते पंजाब दे विच कोई किते भी बैठा वो अपने पढ़ाई नूं पूरा कर सके। प्राइवेट यूनिवर्सिटियां दे नाल ते साडी फीस दा कंपेयर ही नहीं किया जा सकता। ठीक है, सरकारी यूनिवर्सिटियां जिहड़ी पंजाब दीआं ने उहनां दे नालों 20% फीस जिहड़ी साडी घट आ। साडा सारा ऑनलाइन आ, बच्चे तक पहुँचदे आ, साडी वीडियोज़ जांदियां ने, बच्चे नूं असीं वीडियोज़ पहुँचाउंदे आ तां कि उह उत्थे घरे बैठा ही अपना पढ़ी जावे। बाबा नानक दे नाम दे उत्ते यूनिवर्सिटी बनी है तां गुरु ग्रंथ साहिब स्टडीज़ उत्ते वी साडा इक शॉर्ट टर्म कोर्स हैगा आ। ਅਤੇ ਅਸੀਂ ਜਿਵੇਂ ਇੱਕ ਸਿੱਖਿਆ ਦਾਤ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਜਿਹਦੇ ਵਿੱਚ ਜਿਹੜੇ ਜੇਲ੍ਹ ਦੇ ਵਿੱਚ ਬੰਦ ਜਿਹੜੇ ਕੈਦੀ ਹੈਗੇ ਆ ਉਹਨਾਂ ਨੂੰ ਅਸੀਂ ਜਿਹੜੀ ਹੈਗੀ ਆ ਇਹ ਬੜੇ ਹੀ ਘੱਟ ਨੋਮੀਨਲ ਫੀਸ ਦੇ ਉੱਤੇ 500 ਰੁਪਈਏ ਫੀਸ ਦੇ ਉੱਤੇ ਉਹਨਾਂ ਨੂੰ ਇਹ ਸਾਰੇ ਕੋਰਸਿਸ ਜਿਹੜੇ ਹੈਗੇ ਆ ਉਹ ਅਵੇਲੇਬਲ ਹੁੰਦੇ ਆ। ਸੋ ਹੁਣ ਤੱਕ ਸਾਡੇ ਕੋਲ BCOM BBA ਅਤੇ BSc ਡਾਟਾ ਸਾਇੰਸ ਇਹਨਾਂ ਦੀ ਸਾਡੇ ਕੋਲ ਅਪਰੂਵਲ ਹੈ ਅਤੇ ਇਹ ਕੋਰਸ ਚੱਲ ਰਿਹਾ। ਮਾਸਟਰ ਲੈਵਲ ਦੇ ਉੱਤੇ ਸਾਡੇ ਕੋਲ MCOM ਔਰ MA ਪੰਜਾਬੀ ਆਲਰੇਡੀ ਚੱਲ ਰਿਹਾ। ਇੰਡਸਟਰੀ ਦੇ ਵਿੱਚ ਸਕਿੱਲ ਓਰੀਐਂਟੇਸ਼ਨ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਤਾਂ ਉਸ ਲੋਅ ਦੇ ਵਿੱਚ ਅਸੀਂ 31 ਜਿਹੜੇ ਹੈਗੇ ਆ ਕੋਰਸਿਸ ਉਸ ਸ਼ੁਰੂ ਕੀਤੇ ਹੋਏ ਆ। ਇਸ ਤੋਂ ਇਲਾਵਾ ਬਿਜ਼ਨਸ ਓਰੀਐਂਟਡ ਕੋਰਸਿਸ ਵੀ ਸਾਡੇ ਕੋਲ ਸਰਟੀਫਿਕੇਟ ਕੋਰਸਿਸ 6 ਮਹੀਨੇ ਦੇ ਹੈਗੇ ਆ ਕਿ ਜੇ ਕਿਸੇ ਵੀ ਵਿਦਿਆਰਥੀ ਨੇ ਕੋਈ ਪੁੱਛਣਾ ਹੈਗਾ ਕੋਈ ਉਹਦੀ ਕੁਐਰੀ ਹੈਗੀ ਆ ਤਾਂ ਉਹਦੇ ਲਈ ਟੀਚਰ ਵੀ ਉਹਨਾਂ ਦੀਆਂ ਕੁਐਰੀਜ਼ ਹੈਂਡਲ ਕਰਦੇ ਆ। ਅਸੀਂ ਜਿਵੇਂ ਮਸ਼ਰੂਮ ਫਾਰਮਿੰਗ ਫਿਰ ਇੱਦਾਂ ਹੀ ਕੁੱਕਰੀ ਐਂਡ ਬੇਕਰੀ ਦੇ ਰਿਲੇਟਡ ਵੀ ਜਿਹੜਾ ਹੈਗਾ ਇੰਬਰਾਇਡਰੀ ਦੇ ਰਿਲੇਟਡ ਵੀ ਸਾਡੇ ਕਈ ਸ਼ਾਰਟ ਟਰਮ ਕੋਰਸਿਸ ਅਸੀਂ ਸ਼ੁਰੂ ਕੀਤੇ ਹੋਏ ਆ। ਜੀ, ਡਿਸਟੈਂਸ ਐਜੂਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ PCP ਲਗਾਉਣਾ ਪੈਂਦਾ, ਪਰ ਸਾਡੇ ਇੱਥੇ ਜਿਹੜੇ ਕੋਰਸਿਸ ਹੈ ਉਹਦੇ ਵਿੱਚ PCP ਲਗਾਉਣ ਦੀ ਲੋੜ ਨਹੀਂ। ਉਹਨਾਂ ਨੇ ਸਿਰਫ ਪੇਪਰ ਦੇਣ ਦੇ ਲਈ ਜਿਹੜੀਆਂ 3-4 ਛੁੱਟੀਆਂ ਹੁੰਦੀਆਂ ਉਹ ਲੈਣੀਆਂ ਹੁੰਦੀਆਂ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਤੁਸੀਂ ਸੱਚ ਮੰਨ ਸਕਦੇ ਹੋ ਵੀ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਘਰ ਬੈਠੇ ਸਰਕਾਰੀ ਯੂਨੀਵਰਸਿਟੀ ਤੋਂ ਕੋਈ ਵੀ ਆਪਣਾ ਪੜ੍ਹਾਈ ਦਾ ਕੋਰਸ ਕਰ ਸਕਦੇ ਹੋ, ਕੋਈ ਵੀ ਤੁਸੀਂ ਡਿਗਰੀ ਕਰ ਸਕਦੇ ਹੋ, ਕੋਈ ਵੀ ਸਰਟੀਫਿਕੇਟ ਕੋਰਸ ਕਰ ਸਕਦੇ ਹੋ ਅਤੇ ਉਹ ਵੀ ਸਰਕਾਰੀ ਯੂਨੀਵਰਸਿਟੀ ਤੋਂ? ਉਹਦੀ ਸਾਰੀ ਡਿਟੇਲ ਜਾਣਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਅਤੇ ਯੂਨੀਵਰਸਿਟੀ ਦਾ ਨਾਮ ਜ਼ਰੂਰ ਦੱਸੇ ਦਰਸ਼ਕਾਂ ਨੂੰ। ਮੇਰਾ ਨਾਮ ਜੀ ਡਾਕਟਰ ਸੁਖਦੇਵ ਸਿੰਘ ਜੀ ਅਤੇ ਅੱਜ ਆਪਾਂ ਖੜੇ ਹਾਂ ਇੱਥੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲੇ ਦੇ ਵਿੱਚ। ਜੀ, ਇੱਥੇ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਜਿਹੜੀ ਸਥਾਪਨਾ ਵਾ ਜੀ ਉਹ ਪੰਜਾਬ ਸਰਕਾਰ ਦੇ ਵੱਲੋਂ 2019 ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਗਈ ਸੀ। ਠੀਕ ਹੈ ਜੀ। ਇਸ ਯੂਨੀਵਰਸਿਟੀ ਦਾ ਜਿਹੜਾ ਮੁੱਖ ਮਨੋਰਥ ਆ ਜੀ ਉਹ ਇਹ ਆ, ਇਹ ਸਰਕਾਰ ਵੱਲੋਂ ਸੀ ਕਿ ਕੋਈ ਇਹੋ ਜਿਹੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇ ਜਿਹੜੀ ਸਰਕਾਰੀ ਹੋਵੇ ਪੰਜਾਬ ਦੀ ਹੋਵੇ ਅਤੇ ਪੰਜਾਬ ਦੇ ਵਿੱਚ ਕੋਈ ਕਿਤੇ ਵੀ ਬੈਠਾ ਉਹ ਆਪਣੇ ਪੜ੍ਹਾਈ ਨੂੰ ਪੂਰਾ ਕਰ ਸਕੇ, ਚਾਹੇ ਉਹ ਨੌਕਰੀ ਪੇਸ਼ੇ ਵਾਲਾ, ਚਾਹੇ ਉਹ ਕਿਸੇ ਪਿੰਡ ਦੇ ਵਿੱਚ ਬੈਠਾ ਜਿਹਨੂੰ ਕੋਈ ਆ ਨਹੀਂ ਸਕਦਾ, ਕਿਤੇ ਪਟਿਆਲੇ ਦੂਰ ਦੁਰਾਡੇ ਜਾਣ ਦੀ ਲੋੜ ਨਹੀਂ ਹੈਗੀ, ਵੀ ਆਪਣੇ ਘਰ ਬੈਠੇ ਆਪਣੀ ਜਿਹੜੀ ਪੜ੍ਹਾਈ ਆ ਉਹ ਖਤਮ ਕਰ ਸਕੇ। ਜਿਵੇਂ ਅੱਜ ਦੇ ਟਾਈਮ 'ਤੇ ਸਾਰਾ ਕੁਝ ਸੋਸ਼ਲ ਮੀਡੀਆ 'ਤੇ ਮਿਲ ਜਾਂਦਾ, ਸਾਰਾ ਕੁਝ ਔਨਲਾਈਨ, ਉਸੇ ਤਰੀਕੇ ਯੂਨੀਵਰਸਿਟੀ ਸਥਾਪਿਤ ਹੋਈ ਹੈ ਵੀ ਤੁਸੀਂ ਔਨਲਾਈਨ ਜੋ ਵੀ ਤੁਸੀਂ ਕੋਰਸ ਚੂਜ ਕਰ ਲਿਆ ਤਾਂ ਤੁਸੀਂ ਆਪਦੇ ਘਰ ਦੇ ਨੇੜੇ ਇਕੱਲੇ ਪੇਪਰ ਦੇਣ ਜਾਣਾ ਹੋਰ ਸਾਰਾ ਔਨਲਾਈਨ ਸਟੱਡੀ। ਇਹੀ ਸੀ ਕਿ ਸਰਕਾਰ ਇਹੀ ਸੀ ਕਿ ਇੱਕ ਔਨਲਾਈਨ ਹੋਵੇ ਪਰ ਘੱਟ ਖਰਚੇ 'ਤੇ, ਘੱਟ ਖਰਚੇ 'ਤੇ, ਅਤੇ ਇਸੇ ਕਰਕੇ ਸਰਕਾਰ ਨੇ ਇਹ ਉਪਰਾਲਾ ਕੀਤਾ। ਜੇ ਗੱਲ ਕਰੀਏ ਦੂਜੀਆਂ ਯੂਨੀਵਰਸਿਟੀਆਂ ਨਾਲੋਂ ਤਾਂ CC ਥਰੂ ਉੱਧਰ, ਪਰ ਉਹਨਾਂ 'ਚ 15-20 ਦਿਨ ਜਾਣਾ ਪੈਂਦਾ ਮੈਨੂੰ ਲੱਗਦਾ, ਉਹਨਾਂ ਦੇ ਵਿੱਚ ਜਾਣਾ ਪੈਂਦਾ, ਪਰ ਸਾਡੇ ਉਹ ਵੀ ਨਹੀਂ ਹੈ। ਠੀਕ ਹੈ, ਸਾਡਾ ਸਾਰਾ ਔਨਲਾਈਨ ਆ, ਅਸੀਂ ਬੱਚੇ ਨੂੰ ਅਸੀਂ ਬੱਚੇ ਤੱਕ ਪਹੁੰਚਦੇ ਹਾਂ, ਸਾਡੀ ਵੀਡੀਓਜ਼ ਜਾਂਦੀਆਂ ਨੇ, ਬੱਚੇ ਨੂੰ ਅਸੀਂ ਵੀਡੀਓਜ਼ ਪਹੁੰਚਾਉਂਦੇ ਹਾਂ ਤਾਂ ਕਿ ਉਹ ਉੱਥੇ ਘਰ ਬੈਠਾ ਹੀ ਆਪਣਾ ਪੜ੍ਹੀ ਜਾਵੇ। ਠੀਕ ਹੈ ਜੀ। ਸਾਰਾ ਅਪਲਾਈ ਵੀ ਆਪਾਂ ਔਨਲਾਈਨ ਕਰ ਸਕਦੇ? ਸਾਰਾ ਐਡਮਿਸ਼ਨ ਤੋਂ ਲੈ ਕੇ ਐਗਜ਼ਾਮੀਨੇਸ਼ਨ ਤੱਕ ਸਾਰਾ ਪ੍ਰੋਸੈਸ ਔਨਲਾਈਨ ਆ। ਔਨਲਾਈਨ ਹੈ? ਠੀਕ ਹੈ ਜੀ। ਅਤੇ ਫੀਸ ਦੀ ਜੇ ਤੁਸੀਂ ਕਹਿੰਦੇ ਜਿਵੇਂ ਘੱਟ ਫੀਸ ਹੈ ਤਾਂ ਬਾਕੀ ਦੂਜੇ ਯੂਨੀਵਰਸਿਟੀਆਂ ਨਾਲ? ਪ੍ਰਾਈਵੇਟ ਯੂਨੀਵਰਸਿਟੀਆਂ ਦੀ ਜੇ ਗੱਲ ਕਰੀਏ ਤਾਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਨਾਲ ਤਾਂ ਸਾਡੀ ਫੀਸ ਦਾ ਕੰਪੇਅਰ ਹੀ ਨਹੀਂ ਕੀਤਾ ਜਾ ਸਕਦਾ। ਠੀਕ ਹੈ। ਸਰਕਾਰੀ ਯੂਨੀਵਰਸਿਟੀਆਂ ਜਿਹੜੀਆਂ ਪੰਜਾਬ ਦੀਆਂ ਨੇ ਉਹਨਾਂ ਦੇ ਨਾਲੋਂ 20% ਫੀਸ ਜਿਹੜੀ ਸਾਡੀ ਘੱਟ ਆ। ਠੀਕ ਹੈ। ਇਕੱਲੀ BA ਆ, ਜੇ BA 'ਚ ਇੱਕ ਸਾਲ ਦੀ ਫੀਸ ਆ ਤਾਂ ਸਿਰਫ ਸਾਰੀ 8700 ਰੁਪਈਆ ਵਾ ਦੋ ਸਮੈਸਟਰਾਂ ਦੀ। ਠੀਕ ਹੈ ਜੀ। ਅੱਗੇ ਆਪਾਂ ਗੱਲ ਕਰਾਂਗੇ ਅੰਦਰ ਸਾਰੇ ਕੋਰਸਾਂ ਦੀ ਡਿਟੇਲ ਜਾਣਾਂਗੇ ਸਰ ਤੋਂ। ਹਾਂ, ਸਾਡੇ ਇਹ ਹੈਗੇ ਪਟਿਆਲੇ ਦੇ ਵਿੱਚ, ਹੈ ਨਾ ਜੀ, ਯੂਨੀਵਰਸਿਟੀ ਪਟਿਆਲੇ ਦੇ ਵਿੱਚ। ਜੀ ਸਰ, ਸਵਾਗਤ ਹੈ ਜੀ, ਅਤੇ ਤੁਸੀਂ ਸਾਨੂੰ ਸਮਾਂ ਦਿੱਤਾ ਅਤੇ ਜੇ ਦਰਸ਼ਕਾਂ ਤੱਕ ਇੰਨੀ ਅਨਮੁੱਲੀ ਜਾਣਕਾਰੀ ਦੇਣ ਦਾ ਮੌਕਾ ਦਿੱਤਾ। ਸਰ, ਸਭ ਤੋਂ ਪਹਿਲਾਂ ਜੇ ਗੱਲ ਕਰੀਏ ਵੀ ਓਪਨ ਦਾ ਕੀ ਮਤਲਬ ਹੈ, ਓਪਨ ਯੂਨੀਵਰਸਿਟੀ ਦਾ? ਦੇਖੋ, ਹਿੰਦੁਸਤਾਨ ਦੇ ਵਿੱਚ ਆਪਣੀ ਜਿਹੜੀ ਬਹੁਤ ਵੱਡੀ ਪਾਪੂਲੇਸ਼ਨ ਨੂੰ ਕੇਟਰ ਕਰਨ ਦੇ ਲਈ ਸਰਕਾਰ ਨੇ ਅਲੱਗ ਅਲੱਗ ਜਿਹੜੇ ਕਿਸਮ ਦੇ ਡਿਲੀਵਰੀ ਚੈਨਲਸ ਹੈਗੇ ਐਜੂਕੇਸ਼ਨ ਦੇ, ਉਹ ਬਣਾਏ ਹੋਏ ਆ। ਨੈਸ਼ਨਲ ਲੈਵਲ ਦੇ ਉੱਤੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਬਹੁਤ ਹੀ ਰਿਪਿਊਟਿਡ ਇਗਨੂ ਜਿਹਨੂੰ ਕਹਿੰਦੇ ਆ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਆ। ਜੀ, ਇਸ ਤੋਂ ਇਲਾਵਾ ਕਈ ਸਟੇਟਾਂ ਦੇ ਵਿੱਚ, 17 ਸਟੇਟਾਂ ਦੇ ਵਿੱਚ ਓਪਨ ਯੂਨੀਵਰਸਿਟੀਜ਼ ਖੁੱਲੀਆਂ ਨੇ। ਪੰਜਾਬ ਦੇ ਵਿੱਚ 2019 ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਦਿਨ ਨੂੰ ਸਮਰਪਿਤ
ਇਹ ਜਿਹੜੀ ਹੈਗੀ ਆ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਰੱਖੀ ਗਈ ਸੀ ਜੀ। ਅਤੇ ਜੇ ਆਪਾਂ ਬਾਕੀ ਸਟੇਟਸ ਦੀ ਗੱਲ ਕਰੀਏ ਤਾਂ ਜਿਵੇਂ ਰਾਜਸਥਾਨ ਹੈ, ਗੁਜਰਾਤ ਹੈ, ਮਹਾਰਾਸ਼ਟਰ ਹੈ, ਉੜੀਸਾ ਹੈ, ਇਹਨਾਂ ਇੱਥੇ ਜਿਹੜੀਆਂ ਓਪਨ ਯੂਨੀਵਰਸਿਟੀਜ਼ ਹੈ ਕਾਫੀ ਪੁਰਾਣੀਆਂ ਖੁੱਲ੍ਹੀਆਂ ਹੋਈਆਂ ਅਤੇ ਲੱਖਾਂ ਦੇ ਕਰੀਬ ਇੱਥੇ ਜਿਹੜੇ ਹੈਗੇ ਆ ਆਲਰੇਡੀ ਸਟੂਡੈਂਟ ਪੜ੍ਹ ਰਹੇ ਆ। ਇਹਦਾ ਓਪਨ ਯੂਨੀਵਰਸਿਟੀ ਦਾ ਬੇਸਿਕ ਮਤਲਬ ਇਹ ਹੁੰਦਾ ਕਿ ਜਿਹੜੇ ਵੀ ਕੋਈ ਇੰਪਲੋਈਜ਼ ਨੇ ਜਾਂ ਜਿਹੜੇ ਆਲਰੇਡੀ ਕਿਤੇ ਆਕੂਪੇਸ਼ਨ ਦੇ ਵਿੱਚ ਲੱਗੇ ਹੋਏ ਆ ਪਰ ਉਹ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰਨਾ ਚਾਹੁੰਦੇ ਆ, ਉਹ ਹੋਰ ਆਪਣੇ ਆਪ ਦੇ ਵਿੱਚ ਹੋਰ ਪੜ੍ਹਨਾ ਚਾਹੁੰਦੇ ਆ, ਅਤੇ ਉਹਦੇ ਲਈ ਉਹ ਉਹਨਾਂ ਲਈ ਕੰਸਟ੍ਰੇਂਟ ਇਹ ਹੈ ਕਿ ਉਹ ਯੂਨੀਵਰਸਿਟੀਜ਼ ਦੇ ਵਿੱਚ ਨਹੀਂ ਜਾ ਸਕਦੇ ਜਿੱਥੇ ਪੀ ਸੀ ਪੀ ਲੱਗਦੇ ਆ ਜਾਂ ਜਿੱਥੇ ਰੈਗੂਲਰ ਕਲਾਸਾਂ ਲੱਗਦੀਆਂ। ਤਾਂ ਓਪਨ ਯੂਨੀਵਰਸਿਟੀ ਦਾ ਕੋਨਸੈਪਟ ਇਹ ਹੈ ਕਿ ਉਹਨਾਂ ਨੂੰ ਯੂਨੀਵਰਸਿਟੀ ਆਉਣ ਦੀ ਲੋੜ ਨਹੀਂ, ਉਹਨਾਂ ਨੂੰ ਘਰ ਹੀ ਜਿਹੜਾ ਹੈਗਾ ਸਾਰੇ ਰਿਸੋਰਸਿਸ, ਭਾਵੇਂ ਉਹ ਔਨਲਾਈਨ ਰਿਸੋਰਸਿਸ ਹੈ, ਜਿਹੜਾ ਵੀ ਸਾਡੇ ਸਬਜੈਕਟਸ ਹੈ ਉਹਨਾਂ ਦੇ ਰਿਲੇਟਡ ਵੀਡੀਓਜ਼, ਉਹਨਾਂ ਦੇ ਰਿਲੇਟਡ ਜਿਹੜਾ ਟੈਕਸਟ ਹੈਗਾ, ਜਿੰਨਾ ਵੀ ਉਹਨਾਂ ਦੇ ਸਿਲੇਬਸ ਨਾਲ ਰਿਲੇਟਡ ਜੋ ਉਹਨਾਂ ਨੇ ਪੜ੍ਹਾਈ ਕਰਨੀ ਹੈ ਉਹ ਸਾਰਾ ਕੰਟੈਂਟ ਜਿਹੜਾ ਹੈਗਾ ਉਹਨਾਂ ਨੂੰ ਔਨਲਾਈਨ ਵੀ ਅਵੇਲੇਬਲ ਕਰਾਇਆ ਜਾਂਦਾ, ਆਫਲਾਈਨ ਵੀ ਅਵੇਲੇਬਲ ਕਰਾਇਆ ਜਾਂਦਾ। ਟੀਚਰ ਜਿਹੜੇ ਹੈਗੇ ਆ ਰਾਊਂਡ ਦਾ ਕਲੋਕ ਉਹਨਾਂ ਲਈ ਅਵੇਲੇਬਲ ਹੁੰਦੇ ਆ ਕਿ ਜੇ ਕਿਸੇ ਵੀ ਵਿਦਿਆਰਥੀ ਨੇ ਕੋਈ ਪੁੱਛਣਾ ਹੈਗਾ, ਕੋਈ ਉਹਦੀ ਕੁਐਰੀ ਹੈਗੀ ਆ ਤਾਂ ਉਹਦੇ ਲਈ ਟੀਚਰ ਵੀ ਉਹਨਾਂ ਦੀਆਂ ਕੁਐਰੀਜ਼ ਹੈਂਡਲ ਕਰਦੇ ਆ। ਅਤੇ ਸਾਡੀ ਯੂਨੀਵਰਸਿਟੀ ਦੇ ਵਿੱਚ ਇਹ ਹੈ ਕਿ ਇੱਥੇ ਆਉਣ ਦੀ ਲੋੜ ਨਹੀਂ ਹੈ ਪਰ ਸਟੂਡੈਂਟ ਆਪਣੇ ਆਪ ਨੂੰ ਇਨਰੋਲ ਕਰਦਾ, ਉਹਨੂੰ ਸਾਰੇ ਜਿਹੜਾ ਹੈਗਾ ਵੀਡੀਓਜ਼ ਅਤੇ ਕੰਟੈਂਟ ਜਿਹੜਾ ਹੈਗਾ ਸਟੱਡੀ ਮਟੀਰੀਅਲ ਹੈ ਉਹ ਉਹਨਾਂ ਨੂੰ ਪੁੱਜਦਾ ਕੀਤਾ ਜਾਂਦਾ ਅਤੇ ਸਿਰਫ ਉਹਨਾਂ ਨੇ ਪੇਪਰ ਦੇਣੇ ਹੁੰਦੇ ਆ ਜਿਹੜੇ ਕਿ ਹਰ ਡਿਸਟ੍ਰਿਕਟ ਦੇ ਵਿੱਚ ਸਾਡੇ ਲਰਨਿੰਗ ਸਪੋਰਟ ਸੈਂਟਰ ਹੈ ਜਿੱਥੇ ਉਹਨਾਂ ਦੇ ਪੇਪਰ ਹੁੰਦੇ ਆ ਅਤੇ ਉਹ ਬਹੁਤ ਹੀ ਕਨਵੀਨੀਅੰਟਲੀ ਸਾਰਾ ਕੁਝ ਕਰ ਸਕਦੇ ਆ ਜੀ। ਅਤੇ ਸਰ ਜੇ ਗੱਲ ਕਰੀਏ ਜੀ ਕਿਹੜੇ ਕਿਹੜੇ ਕੋਰਸ ਅਵੇਲੇਬਲ ਨੇ ਆਪਣੇ ਕੋਲ? ਦੇਖੋ ਇਹ ਕਿਉਂਕਿ ਇੱਕ ਗੌਰਮੈਂਟ ਯੂਨੀਵਰਸਿਟੀ ਹੈ ਅਤੇ ਅਸੀਂ ਉਹੀ ਕੋਰਸਿਸ ਸ਼ੁਰੂ ਕਰਦੇ ਹਾਂ ਜਿਹਦੀ ਸਾਡੇ ਕੋਲ ਅਪਰੂਵਲ ਹੈ, ਅਤੇ ਕਿਉਂਕਿ ਨਵੀਂ ਯੂਨੀਵਰਸਿਟੀ ਸ਼ੁਰੂ ਹੋਈ ਹੈ ਇਹਦੇ ਵਿੱਚ ਅਸੀਂ UGC ਦੀਆਂ ਗਾਈਡਲਾਈਨਸ ਨੂੰ ਫੋਲੋ ਕਰ ਰਹੇ ਹਾਂ ਟਾਈਮ ਟੂ ਟਾਈਮ। ਸੋ ਹੁਣ ਤੱਕ ਸਾਡੇ ਕੋਲ BCOM, BBA ਅਤੇ BSc ਡਾਟਾ ਸਾਇੰਸ ਇਹਨਾਂ ਦੀ ਸਾਡੇ ਕੋਲ ਅਪਰੂਵਲ ਹੈ ਅਤੇ ਇਹ ਕੋਰਸ ਚੱਲ ਰਹੇ ਆ। ਮਾਸਟਰ ਲੈਵਲ ਦੇ ਉੱਤੇ ਸਾਡੇ ਕੋਲ MCOM ਔਰ MA ਪੰਜਾਬੀ ਆਲਰੇਡੀ ਚੱਲ ਰਿਹਾ। MA ਇੰਗਲਿਸ਼ ਦੀ ਸਾਨੂੰ ਅਪਰੂਵਲ ਹੁਣ ਮਿਲ ਗਈ ਹੈ, ਅਸੀਂ ਇਸ ਸਾਲ ਤੋਂ ਵੀ ਸ਼ੁਰੂ ਕਰਾਂਗੇ। ਇਸ ਤੋਂ ਇਲਾਵਾ ਅਸੀਂ MSc ਜਿਹੜਾ ਹੈਗਾ ਡਾਟਾ ਸਾਇੰਸ ਜਾਂ MSc ਕੰਪਿਊਟਰ ਸਾਇੰਸ ਜਿਹੜਾ ਹੈਗਾ ਉਹ ਵੀ ਬਹੁਤ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ। ਔਰ ਇਸ ਤੋਂ ਇਲਾਵਾ ਆਪਾਂ ਨੂੰ ਪਤਾ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਡਿਗਰੀਜ਼ ਦੇ ਨਾਲੋਂ ਜਿਹੜੀ ਸਕਿੱਲ ਓਰੀਐਂਟਡ ਕੋਰਸਿਸ ਹੁੰਦੇ ਆ, ਕਿੱਤਾ ਮੁਖੀ ਕੋਰਸਿਸ ਆ ਜਿਹੜੇ, ਉਹਨਾਂ ਦੀ ਵੈਲਿਊ, ਉਹਨਾਂ ਦੀ ਡਿਮਾਂਡ ਜ਼ਿਆਦਾ ਹੈ ਕਿਉਂਕਿ ਇੰਡਸਟਰੀ ਦੇ ਵਿੱਚ ਸਕਿੱਲ ਓਰੀਐਂਟੇਸ਼ਨ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ। ਤਾਂ ਉਸ ਲੋਅ ਦੇ ਵਿੱਚ ਅਸੀਂ 31 ਜਿਹੜੇ ਹੈਗੇ ਆ ਕੋਰਸਿਸ ਉਸ ਸ਼ੁਰੂ ਕੀਤੇ ਹੋਏ ਆ। ਇਹਦੇ ਵਿੱਚ ਬਹੁਤ ਸਾਰੇ ਕੋਰਸਿਸ ਕੰਪਿਊਟਰ ਰਿਲੇਟਡ ਨੇ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਆਫਿਸ ਆਟੋਮੇਸ਼ਨ ਦੇ ਨਾਲ ਰਿਲੇਟਡ ਕੋਰਸਿਸ ਹੈਗੇ ਆ, ਡਾਟਾ ਸਾਇੰਸ ਨਾਲ ਰਿਲੇਟਡ ਕੋਰਸਿਸ ਹੈਗੇ ਆ, ਔਰ ਇਹ ਕੁਝ ਕੋਰਸ ਜਿਹੜੇ ਬੇਸਿਕ ਕੰਪਿਊਟਰ ਨਾਲ ਰਿਲੇਟਡ ਕੋਰਸਿਸ ਹੈ ਇਹ ਸਾਰੇ ਜਿਹੜੇ ਵੀ ਬੱਚੇ ਕੋਈ BA ਕਰ ਰਿਹਾ, ਕੋਈ MA ਕਰ ਰਿਹਾ ਜਾਂ ਕੋਈ BSc ਕਰ ਰਿਹਾ ਜਾਂ BCOM ਕਰ ਰਿਹਾ, ਤਾਂ ਉਹ ਇਹ ਵਾਲੇ ਜਿਹੜੇ ਕੰਪਿਊਟਰ ਕੋਰਸਿਸ ਜਿਹੜੇ ਕਿ ਬਹੁਤ ਸਾਰੀਆਂ ਨੌਕਰੀਆਂ ਦੇ ਲਈ ਇੱਕ ਇਸੈਂਸ਼ੀਅਲ ਕੁਆਲੀਫਿਕੇਸ਼ਨ ਹੁੰਦੇ ਆ ਉਹ ਕੋਰਸਿਸ ਕਰ ਸਕਦੇ ਆ। ਇਸ ਤੋਂ ਇਲਾਵਾ ਬਿਜ਼ਨਸ ਓਰੀਐਂਟਡ ਕੋਰਸਿਸ ਵੀ ਸਾਡੇ ਕੋਲ ਸਰਟੀਫਿਕੇਟ ਕੋਰਸਿਸ 6 ਮਹੀਨੇ ਦੇ ਹੈਗੇ ਆ ਜਿਹਦੇ ਵਿੱਚ ਡਿਜੀਟਲ ਮਾਰਕੀਟਿੰਗ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਔਨਲਾਈਨ ਬਿਜ਼ਨਸ ਦਾ ਜਿਹੜਾ ਔਨਲਾਈਨ ਦੀ ਹੈ ਔਨਲਾਈਨ ਦਾ ਜੀ, ਅਤੇ ਡਿਜੀਟਲ ਮਾਰਕੀਟਿੰਗ ਦਾ ਕੋਰਸ ਸਾਡਾ ਬਹੁਤ ਵਧੀਆ ਚੱਲ ਰਿਹਾ। ਫਿਰ ਆਪਾਂ ਨੂੰ ਪਤਾ ਹੈ ਕਿ ਹੁਣ ਹੌਲੀ ਹੌਲੀ ਜਿਹੜਾ GST ਅਤੇ ਇਨਕਮ ਟੈਕਸ ਦੇ ਵੱਲ ਜਿਹੜੀ ਕੰਪਲਾਇੰਸਿਸ ਹੈ ਉਹ ਹਰ ਇੱਕ ਬਿਜ਼ਨਸ ਨੂੰ ਕਰਨੀਆਂ ਪੈਂਦੀਆਂ ਨੇ, ਤਾਂ ਉਹਦੇ ਲਈ ਵੀ ਜਿਹੜੀ ਸਕਿੱਲਡ ਮੈਨ ਪਾਵਰ ਦੀ ਘਾਟ ਹੈ ਤਾਂ ਉਹਨੂੰ ਪੂਰਾ ਕਰਨ ਦੇ ਲਈ ਸਾਡੇ ਕੋਲ ਸਰਟੀਫਿਕੇਟ ਕੋਰਸਿਸ 6 ਮਹੀਨਿਆਂ ਦੇ ਜਿਹੜੇ GST ਫਾਈਲਿੰਗ ਦੇ ਉੱਤੇ, ਇਨਕਮ ਟੈਕਸ ਫਾਈਲਿੰਗ ਦੇ ਉੱਤੇ ਵੀ ਹੈਗੇ ਆ। ਇਸ ਤੋਂ ਇਲਾਵਾ ਸਾਡੇ ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਕਮਿਊਨੀਕੇਸ਼ਨ ਸਕਿੱਲਸ, ਇੰਗਲਿਸ਼, ਫੰਕਸ਼ਨਲ ਇੰਗਲਿਸ਼ ਦੇ ਉੱਤੇ ਜਿਵੇਂ ਬਹੁਤ ਸਾਰਾ ਆਪਣਾ ਪੰਜਾਬ ਦੇ ਵਿੱਚੋਂ ਬੱਚੇ ਜਿਹੜੇ ਹੈਗੇ ਆ ਉਹ ਚਾਹੁੰਦੇ ਹੈਗੇ ਆ ਕਿ ਸਾਡੀ ਇੰਗਲਿਸ਼ ਸਪੀਕਿੰਗ ਜਾਂ ਇੰਗਲਿਸ਼ ਦੇ ਬਾਰੇ ਸਾਡੀ ਜਾਣਕਾਰੀ ਵਧੀਆ ਹੋਵੇ, ਤਾਂ ਜਿਹੜੀ ਸਪੋਕਨ ਇੰਗਲਿਸ਼ ਦੇ ਉੱਤੇ ਜਾਂ ਜਿਹੜੀ ਸਾਡੀ ਫੰਕਸ਼ਨਲ ਇੰਗਲਿਸ਼ ਦੇ ਉੱਤੇ, ਪ੍ਰੋਫੈਸ਼ਨਲ ਐਟੀਕੇਟਸ ਦੇ ਉੱਤੇ ਵੀ ਸਾਡੇ ਬਹੁਤ ਸਾਰੇ ਕੋਰਸਿਸ ਅਵੇਲੇਬਲ ਹੈਗੇ ਆ। ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਕੁਛ
जदों असीं देखते हैं कि क्योंकि बाबा नानक के नाम के उत्ते यूनिवर्सिटी बनी है तो गुरु ग्रंथ साहब स्टडीज़ के उत्ते भी साडा एक शॉर्ट टर्म कोर्स है गया, फिर सिखिज़म के उत्ते भी साडे फाउंडेशन कोर्सिज है गया। और इन्हां तो इलावा कई थावां दे उत्ते असीं जिवें मशरूम फार्मिंग, फिर इदां ही कुकरी एंड बेकरी दे रिलेटेड भी जिहड़ा हैगा, एम्ब्रॉयडरी दे रिलेटेड भी साढ़े कई शॉर्ट टर्म कोर्सेज असीं शुरू किए हुए हैं जी। सर जी एक गल करिए, जिवें पंजाब दा ज़्यादा रुझान है जिहड़ा आइलैट्स ते आ, सारे बच्चे बाहर जा रहे हैं, पर कि उन्हां नूं गैप दे विच जिवें हुंदा एक साल दा गैप पै जांदा तां उन्हां नूं ओह इह कोर्स करदे तां इह वैलिड ने बाद। हाँ जी, ये साढ़े सारे जड़े कोर्सेज ने यह UGC तो मानता प्राप्त ने जी, असी एसोसीएशन ऑफ इंडियन यूनिवर्सिटीज़ के मैंबर हाँ, और उदे वेच क्योंकि सरकारी यूनिवर्सिटी होने के नाते जिमें बाकी सरकारी यूनिवर्सिटीज़ ने उवें यह सरकारी यूनिवर्सिटी है, जदों तक असी कंडीशन सारिया पूरिया नहीं करते सरकार दियाँ या जिहड़ियां साडी UGC या DEB दियाँ, उदों तक असी कोई भी कोर्स जिहड़ा हैगा वह नवा शुरू नहीं करते जी। ठीक है सर, तो सर एक फीस का दस दिए, कितनी फीस है इन्होंने नॉर्मल कोर्सों की? फीस साड़ी जी हैगी है जी वो काफ़ी घट है, दो तरह के देखो अजक ऑनलाइन या जो ओपन लर्निंग दे विच कोर्सेज चल रहे, एक तो हैगा सरकारी यूनिवर्सिटियाँ जिहड़ियां हैगियां वो भी ओपन लर्निंग दे कोर्सेज चला रही ने, और इस तो इलावा कुछ प्राइवेट यूनिवर्सिटीज़ ने भी ओपन लर्निंग दे कोर्सेज शुरू किए हैं, तो वह प्राइवेट यूनिवर्सिटीज़ नाल तो साड़ी फीस बहुत ज़्यादा घट है, पर जिहड़ियां सरकारी यूनिवर्सिटियां ने उन्हां तों वी साडी 20-30% जिहड़ी फीस है वह घट है। जिवें असीं तुहानूं गल करिए कि जिहड़ी BA दी फीस है वह सिर्फ 8700 रुपया साल दी, इस तों इलावा जिहड़ी साडी BCOM दी फीस है वह 9700 रुपया, इदां ही जिहड़ी MCOM दी फीस है वह 8700 रुपया, MA पंजाबी दी जिहड़ी फीस है वह भी 8700 रुपया, और जिहड़े साडे सर्टिफिकेट कोर्सेज ने जिहड़े 6 महीने दे कोर्स है वह उन्हां दी फीस जिहड़ी 6 महीने दी एक सेमेस्टर दी एक सर्टिफिकेट दी 2300 रुपया हैगी है। ठीक है सर, तो सर जे पिंडां च गल करिए कोई रूरल डिवेलपमेंट वास्ते जां कोई उस तरह के भी कोर्स हैगे ने जिहड़े नाल? हाँ जी, एक साडा कोर्स जिहड़ा हैगा वह रूरल डिवेलपमेंट दे उत्ते भी हैगा जी, सर्टिफिकेट कोर्स जी। और इस तों इलावा असीं बड़ी जिम्मेवारी दे नाल क्योंकि सानूं पता है भी करना बहुत सौखा हैगा, सो सारी उहदे विच जो रजिस्टर करना है तुसीं
करनी है उन्होंने प्रमोशन जो हैल्प करे तो वह भी तुम इतने कर सकते हो। तो अगे वीडियो किमें लगी कमेंट करके जरूर दस। सारे ही अपने पंजाबियों को पता लग सके।